तरन तारण नेड़े गोइंदवाल साहिब रोड उपर बीती रात उल्लू टेरियां वालों वड्डी वारदात नूं अंजाम दिता गया है, जिथे पेट्रोल पंप नूं निशाना बनाया गया है। तुहानूं दस दईए कि पिस्तौल दी नोक ते उन्हां वालों वड्डी लुट कीती गई है। दस्सिया जा रहा है कि दो मोटरसाइकिल ते चार अनपछाते व्यक्तियों वालों इस वारदात नूं अंजाम दिता गया है। मिली जानकारी मुताबिक लखां दी लुट होई है। चार अनपछाते व्यक्तियों वालों पिस्तौल दी नोक ते इस वारदात नूं अंजाम दिता गया है। मौके तो फरार भी हो गए ने, पर जांदे जांदे उन्हां वालों फायरिंग भी कीती गई है। उधर पेट्रोल पंप दे मालिक दा बयान सामने आया है, उन्हां वालों भी बंदूक नाल फायरिंग कीती गई। दस्या जा रहा है कि लुटेरे दी लत ते गोली लगी सी, पर उह जख्मी भी हो गया सी, पर उह भज्जण च सफल रहा। घटना की सूचना मिलते पुलिस भी मौके ते पहुंची है। ते मैनेजर ते मालक दे बयाना दे आधार ते केस दर्ज कीता गया है। हुण पुलिस दीआं टीमां दोषियां दीआं भाल च लगियां होईआं ने। आस है कि लुट खोआ करन वालिआं नूं जल्द काबू कीता जावेगा। ਰਾਤੀ ਚਾਰ ਬੰਦੇ ਆਏ ਆ। ਇੱਕ ਨਵਾਂ ਪਲਸਰ ਮੋਟਰਸਾਈਕਲ ਸੀਗਾ ਜੀ, ਅਤੇ ਇੱਕ ਆਪਣਾ ਸੀ ਡੀ ਡਿਲੈਕਸ ਮੋਟਰਸਾਈਕਲ ਸੀਗਾ। ਉਹ ਆਉਂਦੇ ਪਹਿਲਾਂ ਉਹਨੇ ਬਾਹਰ ਬੰਦਿਆਂ ਕੋਲੋਂ ਸਾਡੇ ਕੋਲ ਲੁੱਟ ਖੋਹ ਕੀਤੀ ਆ, ਅਤੇ ਤਿੰਨ ਜਣੇ ਅੰਦਰ ਆ ਗਏ ਆ। ਉਹ ਸਾਡੇ ਮੁੰਡਿਆਂ ਨੂੰ ਫੜ ਕੇ ਧੋਇਆ ਤਾਂ ਜੋ ਵੀ ਮੁੜ ਕੇ ਸਾਡੇ ਨਾਲ ਵੀ ਗਲੋ ਗਲਾਵਾਂ ਜਿਸ ਤਰ੍ਹਾਂ ਹੋਏ ਆ। ਪੈਸੇ ਪੂਸੇ ਕੱਢ ਲਏ ਉਹਨੇ ਜਿੰਨਾ ਵੀ, ਥੋੜ੍ਹਾ ਜਿਹਾ ਪਹਿਲਾਂ ਮੁੰਡਾ ਭੱਜ ਗਿਆ ਸੀ ਬਾਹਰ। ਫਿਰ ਮੈਂ ਕੋਈ ਗੱਲ ਨਹੀਂ, ਤੁਹਾਨੂੰ ਪੈਸੇ ਚਾਹੀਦੇ, ਪੈਸੇ ਲੈ ਲਓ, ਕੋਈ ਚੱਕਰ ਨਹੀਂ। ਪੈਸੇ ਲੈ ਕੇ ਜਦੋਂ ਗੋਲਾ ਗੋਲਾ ਖੋਲ੍ਹਿਆ ਅਤੇ ਪੈਸੇ ਜਿੰਨੇ ਗੱਲੇ 'ਚ ਹੈਗੇ ਉਹ ਲੈ ਗਏ। ਬੰਦੇ ਤਸੱਲੀ ਨਾਲ ਪੂਰੀਆਂ ਇਕੱਲੀਆਂ ਇਕੱਲੀਆਂ ਜੇਬਾਂ ਖੋਲ੍ਹੀਆਂ, ਜਿੰਨਾ ਕੈਸ਼ ਕੁਛ ਉਹ ਲੈ ਗਏ ਆ। ਕਿੰਨਾ ਕੈਸ਼ ਬੋਲੀ? ਕੈਸ਼ ਜੀ 1,67,000 ਦੇ ਕਰੀਬ ਸੀਗਾ, ਅਤੇ ਸਾਰਾ ਕੁਛ ਸਾਫ ਸੁਫ ਲਾਇਆ ਸੀਗਾ। ਗੋਲੀ ਗੋਲੀ ਵੀ ਚੱਲੀ? ਅਤੇ ਗੋਲੀ ਉਹਨਾਂ ਵੱਲੋਂ ਵੀ ਹੋਇਆ ਅਤੇ ਸਾਡੇ ਵੱਲੋਂ ਵੀ, ਦੋਵਾਂ ਪਾਸ ਉਹਨਾਂ ਕੋਲ ਪਿਸਟਲ ਸੀਗਾ ਜੀ। ਹਾਂ, ਉਹਨਾਂ ਨੇ ਫਾਇਰ ਕੀਤਾ, ਉਹ ਸ਼ੀਸ਼ੇ ਦੇ ਟੁੱਟੇ ਹੋਏ ਆ ਬਾਹਰ। ਮੈਂ ਦੋ ਫਾਇਰ ਕੀਤੇ ਜੀ। ਹਾਂ, ਇੱਕ ਬੰਦਾ ਜਿਹੜਾ ਮੇਨ ਸੀਗਾ ਉਹਨਾਂ ਦਾ, ਜਿਹਦੇ ਕੋਲ ਪਿਸਟਲ ਸੀਗਾ, ਉਹ ਜ਼ਖਮੀ ਹੋਇਆ। ਅਤੇ ਦੋ ਗੋਲੀਆਂ ਸੀਗੀਆਂ ਮੇਰੇ ਰਫਲ ਦੇ, ਦੋ ਮੁੱਕ ਗਈਆਂ। ਅਤੇ ਉਹਨੇ ਚਿਰ ਨੂੰ ਉਹ ਵੀ ਚਲੋ ਤਾਂ ਲਹੂ ਲਹੂ ਡੁੱਲਾ, ਮੁੜ ਕੇ ਉਹਨੇ ਭੱਜਣ ਦੀ ਕੋਸ਼ਿਸ਼ ਗਾਂਹ ਕੀਤੀ, ਪਰ ਕਾਨੂੰਨ ਦੇ ਮੁਤਾਬਕ ਆਪਾਂ ਆਪਣੇ ਏਰੀਏ ਤੋਂ ਬਾਹਰ ਨਹੀਂ ਜਾ ਸਕਦੇ ਸੀ। ਇਸ ਕਰਕੇ ਮੈਂ ਫਿਰ ਬਾਹਰ ਨਹੀਂ ਪੰਪ 'ਤੇ ਗਿਆ। ਮੈਂ ਕਿਹਾ ਚਲੋ ਜਿਸ ਤਰ੍ਹਾਂ ਵੀ ਹੈ। ਚਾਰ ਬੰਦੇ ਸੀਗੇ ਜੀ ਟੋਟਲ। ਪਹਿਲਾਂ ਵੀ ਹੋਈਆਂ ਸੀਗੀਆਂ ਜੀ ਵਾਰਦਾਤਾਂ, ਪਰ ਕੋਈ ਨਹੀਂ, ਪਹਿਲਾ ਅਫਸਰ ਜਿਹੜਾ ਹੁਣ ਆਇਆ ਜਿਹਨੇ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਆਪਣੀ ਸਾਰੀ ਡਿਊਟੀ ਨਿਭਾਈ ਹੈ, ਪ੍ਰਭਜੀਤ ਸਿੰਘ SHO ਜਿਹੜਾ ਹੈਗਾ, ਪੂਰੀ ਜ਼ਿੰਮੇਵਾਰੀ ਨੇ ਆਪਣੀ ਕਰੀ ਹੈ। ਅਤੇ ਰਾਤੋ ਰਾਤ ਮੇਰੇ ਹਿਸਾਬ ਨਾਲ ਸੁਣਨ ਦੇ ਵਿੱਚ ਆਇਆ ਕਿ ਬੰਦੇ ਟਰੇਸ ਹੋ ਗਏ ਆ। ਪੁਲਿਸ ਜੀ 15-20 ਮਿੰਟਾਂ ਬਾਅਦ ਹੀ ਆ ਗਈ ਹੈ। ਬਸ ਕੁਛ ਨਹੀਂ, ਇਹਨਾਂ ਤੋਂ ਇਹੋ ਇਨਸਾਫ ਚਾਹੀਦਾ। ਨਹੀਂ, ਮੈਨੇਜਰ ਹੈ ਇਸ ਸਮੇਂ। ਕੀ ਗੱਲ ਹੋਈ ਰਾਤੀ? ਰਾਤੀ ਸਰ ਇੱਧਰ ਸੀ, ਅਤੇ ਚਾਰ ਬੰਦੇ ਆਏ ਦੋ ਮੋਟਰਸਾਈਕਲ ਤੋਂ, ਆਉਂਦੇ ਬਾਹਰ ਮਸ਼ੀਨ 'ਤੇ ਪੈ ਗਏ ਹੈ। ਇੱਧਰ ਦੋ ਬੰਦੇ ਕੋਲ ਖੋਇਆ, ਫਿਰ ਦੋ ਬੰਦੇ ਅਸੀਂ ਅੰਦਰ ਹੀ ਹਿਸਾਬ ਕਰ ਰਹੇ ਸੀ, ਅਤੇ ਅੰਦਰੋਂ ਆ ਕੇ ਖੋਲ ਲਿਆ ਪੈਸੇ ਪਿਸਟਲ ਲਾ ਕੇ। ਹਾਂਜੀ, ਫਿਰ ਉਹ ਤੋਂ ਬਾਅਦ ਜੀ ਫਿਰ ਮੈਂ ਤਾਂ ਜਦੋਂ ਬਾਊ ਕੋਲ ਭੱਜੇ ਅਤੇ ਮੈਂ ਬਾਹਰ ਭੱਜ ਗਿਆ, ਫਿਰ ਫੜ ਲਿਆ ਮੇਰੇ ਦੂਜੇ ਬੰਦੇ ਨੂੰ, ਅਤੇ ਮੈਨੂੰ ਕਿਹਾ ਕਿ ਪੈਸੇ ਦੇ ਦਿਓ ਹੁਣ ਸਾਰੇ, ਅਤੇ ਬਾਊ ਨੇ ਕਿਹਾ ਚਾਬੀ ਦੇ ਦੇ, ਮੈਂ ਦੇ ਦਿੱਤਾ ਸੀ। ਫਿਰ ਕਿੰਨੇ ਪੈਸੇ? ਇਹ ਬਾਊ ਜੀ ਨੂੰ ਪਤਾ ਹੈ, ਟੋਟਲ ਲਾਇਆ ਨਹੀਂ ਸੀ ਮੈਂ, ਬਾਊ ਜੀ ਨੇ ਸਾਰੇ। ਹਾਂਜੀ, ਗੋਲੀ ਚੱਲੀ ਹੈ, ਪਹਿਲੇ ਉੱਧਰ ਤੋਂ ਚੱਲੀ ਹੈ, ਫਿਰ ਬਾਊ ਜੀ ਨੇ ਚਲਾਈ ਸੀ ਬਾਅਦ 'ਚ। ਹਾਂਜੀ।